ਯਾਰ ਜਹਾਜ਼ ਦੇ ਵਿੱਚ ਮੈਂ ਕਹਿੰਦਾ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ, ਉਹ ਪਤਾ ਕਹਿੰਦਾ ਕਾਕਾ ਜੇ ਜਹਾਜ਼ 'ਚ ਤੂੰ ਬੈਠਾ ਇਹਨੇ ਅੰਦਰ ਜਾਣਾ, ਬੈਠੋ 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 ਲਿਆ ਜਾਂਦਾ ਚੱਲ ਆ ਜਾ ਫਿਰ ਚੱਲ ਹੋਰ ਗੱਲ ਸੁਣਾ ਛੋਟੀ ਸੁਣਾਈ ਦੂਜਾ ਸ਼ੋਅ ਵੀ ਕਰਨਾ ਸੀ ਪਹਿਲੇ ਉਹ ਕਰ ਲਓ ਮੈਂ ਬਾਅਦ 'ਚ ਸੁਣਾ ਲੈਂਦਾ ਪਿਛਲੀਆਂ ਸਰਦੀਆਂ ਦੀ ਗੱਲ ਇਹ ਮੇਰਾ ਭਰਾ ਨਾਲ ਕਹਿੰਦਾ ਮੈਂ ਵੀ ਜਾਣਾ ਮੇਰਾ ਕੱਪੜਾ ਖਿੱਚ ਜਾ, ਮੈਂ ਕਿਰਾਇਆ ਥੋੜਾ ਕਹਿੰਦਾ ਮੈਂ ਜਾਣਾ ਸੀ ਤੇ ਫੜ ਲਈ ਫਿਰ ਮੈਂ ਕਿਹਾ ਤੂੰ ਫਿਰ ਇੰਜ ਕਰੀ ਬੋਰੀ 'ਚ ਬੈਠ ਜੀ ਮੈਂ ਕਿਰਾਏ ਤੇ ਬਹਿ ਜਾਂਗਾ, ਕਨੈਕਟਰ ਮੈਨੂੰ ਕਹਿੰਦਾ ਕਿਰਾਇਆ ਮੈਂ ਉਹਨੂੰ ਦਿੱਤਾ ਕਨੈਕਟਰ ਕਹਿੰਦਾ ਬੋਰੀ 'ਚ ਕੀ ਹੈ, ਮੈਂ ਕਿਹਾ ਯਾਰ ਇਹ ਤੇ ਚੰਬ ਆ ਹੱਥ ਕੱਟ, ਕਹਿੰਦਾ ਇੱਕ ਮੈਨੂੰ ਵੀ ਦੇ ਦਲੀਲ ਕਰਾਇਆ ਤੁਹਾਡਾ ਪਿਓ ਵੇ ਉਹ ਗਲੀ ਦੇ ਵਿੱਚੋਂ ਕਿਸੇ ਦੀ ਮੋਟਰ ਚੋਰੀ ਕਰਕੇ ਤੇ ਬੈਲ ਦੇ ਕੇ ਕਹਿੰਦਾ ਖਾਲਾ ਹੀ ਤਾਰ ਅੰਦਰ ਕਰ ਲਓ ਤੇ ਖਾਨ ਸਾਹਿਬ ਵੀ ਪਹਿਲੇ ਕ੍ਰਿਕਟ ਖੇਡਦੇ ਸੀ ਵਿਕਟ ਕੀਪਰ ਸੀ, ਬੋਲਰ ਨੇ ਬਾਲ ਕਰਾਈ ਉਹ ਵਾਈਟ ਹੋਈ ਉਹਨੂੰ ਵਾਈਟ ਹੀ ਨਹੀਂ ਕਹਿੰਦੇ, ਦੂਰੋਂ ਖਲੋ ਕੇ ਜਾਵੇ ਵਿੱਚ ਕਰ ਵਿੱਚ ਵਿੱਚ ਕਰ ਵਿੱਚ ਕਰ ਉਹ ਪਿੱਛੇ ਖਲੋਤਾ ਸੀ ਉਹਨੇ ਮਿੰਟ ਨਹੀਂ ਲਾਇਆ, ਉਹਨਾਂ ਨੂੰ ਬਥੇਰਾ ਕਹਿੰਦੇ ਨੇ ਪਾਣੀ ਦਾ ਵਕਫਾ ਚਾਹ ਦਾ ਵਕਫਾ, ਉਹ ਸਾਹੀਵਾਲ ਦਾ ਸੀ ਕਹਿੰਦੇ ਨਹੀਂ ਓਵਰ ਮੁੱਕੇਗੀ ਤੇ ਜਾਨ ਛੁੱਟੇਗੀ, ਪੈਂਟ ਵੀ ਪਾਈ ਸ਼ਰਟ ਵੀ ਪਾਈ ਇਹੋ ਜਿਹੇ ਅੰਡਰਵੇਅਰ ਵੀ ਪਾਇਆ ਹੁੰਦਾ ਖਾਨ ਸਾਹਿਬ, ਦੇਖੋ ਫਰਮਾਇਸ਼ ਹੈਗੀ ਹੈ ਗੱਲ ਦੀ ਕਰੋ ਕਰੋ, ਕਿਸੇ ਨੇ ਫਰਮਾਇਸ਼ ਕੀਤੀ ਕਿ ਜਰਾ ਗੱਲ ਸੁਣਾ ਦਿਓ ਜੀ, ਤੁਸੀਂ ਕਦੀ GT ਰੋਡ ਤੇ ਗਏ ਹੋਵੋ ਅਕਸਰ, ਉੱਥੇ ਮੰਜੀ ਹੋਟਲ ਆਉਂਦਾ ਤੁਸੀਂ ਕਿਹਾ ਹਾਫ ਸੈਟ ਚਾਹ ਇੱਕ ਚੈਨਕ ਦੋ ਕੱਪ, ਹਾਂਜੀ ਹਾਂਜੀ ਲੈ ਕੇ ਆਉਂਦੇ ਚੈਨਕ ਬਿਲਕੁਲ ਜਿੱਥੋਂ ਚੈਨਕ ਫੜੀ ਦੀ ਹੈ, ਹਾਂਜੀ ਅੱਗੋ ਜਿੱਥੋਂ ਚਾਹ ਨਿਕਲਦੀ ਹੈ, ਦੇਖੋ ਜਿੱਥੋਂ ਚਾਹ ਨਿਕਲਦੀ ਹੈ ਉਹਦੇ ਵਰਗਾ ਤੇ ਤੁਹਾਡਾ ਮੂੰਹ ਨਹੀਂ, ਤੇ ਹੋਰ ਕਿਹਦੇ ਵਰਗਾ, ਉਹ ਜਿਹੜੀ ਕਾਗਜ਼ ਦੀ ਬਣਾ ਕੇ ਅੱਗੇ ਚੁੰਝ ਨਹੀਂ ਦਿੰਦੇ ਉਹਦੇ, ਮੈਂ ਤੇਰੀ ਡੈਫੀਨੇਸ਼ਨ ਦੇ ਸਦਕੇ ਜਾਵਾਂ ਵਾ ਫਰਮਾਇਸ਼ ਹੀ ਹੈ, ਕਦੀ ਪਿੰਡਾਂ 'ਚ ਗਏ ਹੋਵੇ ਬੱਕਰੀਆਂ ਦੇ ਨਿੱਕੇ ਨਿੱਕੇ ਮੇਮੇ ਮੈਂ ਆ ਕਈ ਵਾਰੀ ਵੇਖੇ ਉਹ ਬੱਕਰੀ ਦੇ ਮੇਮੇ ਦੀ ਨਿੱਕੀ ਜੀ ਪੂਛ ਹੁੰਦੀ ਹੈ ਆਹੋ ਹੁੰਦੀ, ਦੇਖੋ ਉਸ ਪੂਛ ਵਰਗਾ ਤੇ ਤੁਹਾਡਾ ਮੂੰਹ, ਹੋਰ ਕਹਿੰਦੇ ਰਹਿੰਦਾ ਉਹ ਜਿਹੜੀ ਨਾਲ ਉਹਦੇ ਮੇਂਗਣ ਨਹੀਂ ਲਮਕ ਰਹੀ ਹੁੰਦੀ ਹੈ ਸਾਰੀਆਂ ਫਰਮਾਇਸ਼ਾਂ 'ਚ ਮਿਲਦੀ ਆਈਆਂ, ਨਹੀਂ ਫਰਮਾਇਸ਼ ਕਿਸੇ ਨੇ ਕੀਤੀ ਸੀ, ਕਦੀ ਵੈਸੇ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋ, ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਹਾਂ ਕਹਿਣਾ ਕਿ ਨਾ ਕਹਿਣਾ, ਕਈ ਵਾਰੀ ਗਿਆ ਹੈਂਜੀ ਇਹ ਕੌਣ ਚਾਚਾ ਤੁਹਾਡਾ ਮੁੰਡਾ ਫੇਰ ਮੇਰਾ ਦੁੱਲਾ ਚੁੱਕ ਗਿਆ, ਇਹ ਕੌਣ ਹੈ, ਇਹ ਉਹੀ ਸੁਖੋਂ ਇਹ ਨਾ ਮੇਰਾ ਡਾਇਰੈਕਟਰ ਸਾਹਿਬ ਜਿਹਦੇ ਨਾਲ ਮੇਰਾ ਨਿਕਾਹ ਹੋਣਾ ਸੀ ਉਹ ਇਹ ਕੁੜੀ ਹੈ, ਅੱਛਾ ਦੀ ਟਰਾਲੀ ਸਟਾਈ ਸਮਝ ਨਹੀਂ ਲੱਗਦੀ ਕਿਹੜੀ ਮੇਰੀ ਕਿਹੜੀ ਕਿਸੇ ਦੀ ਇੱਥੇ, ਹਾਂਜੀ ਮੈਨੂੰ ਛੱਡ ਕੇ ਕਿੱਥੇ ਆ ਗਏ ਹੋ, ਮੈਨੂੰ ਚੁੱਕ ਕੇ ਲੈ ਆਏ ਨੇ, ਇਹ ਬਦਮਾਨਸ ਮੂੰਹ ਹੈ, ਕੌਣ ਬਦਮਾਨਸ ਮੂੰਹ ਹੈ, ਇਹ ਬਦਮਾਨ ਜਿਹਾ ਮੂੰਹ ਆ, ਤੁੰਦਾ ਪੈਣੀਆਂ ਮੇਰੇ ਵਰਗਾ ਵੀ ਨਹੀਂ ਲੱਭਣਾ ਤੈਨੂੰ,
ਅੱਛਾ ਇਹ ਤੇਰੀ ਭੁੱਲ ਏ ਹਾਂ ਤੂੰ ਮਾਤਾ ਚ ਜਾ ਤੇਰੇ ਵਰਗੇ ਰਾਤ ਨੂੰ ਕਈ ਫਿਰਨ ਡਏ ਹੁੰਦੇ ਲਾਏ ਆ ਕਿੱਥੇ ਫਿਰਨ ਡਏ ਹੁੰਦੇ ਜੀ ਮੈਂ ਤੈਨੂੰ ਵੈਸੇ ਹੀ ਕਿਹਾ ਮੈਂ ਕਿੰਨੀ ਪਰੇਸ਼ਾਨ ਹੋ ਗਈ ਤੁਹਾਡੇ ਤੋਂ ਬਗੈਰ ਬਾਜੀ ਇੱਕ ਵਾਰੀ ਵੇਖ ਲਓ ਗੁੱਸ ਜਾਣੀ ਆ